ਮੇਰਾ ਜੋ ਪਿਛੋਕੜ ਰਿਹਾ, ਜੋ ਮੇਰਾ ਆਪਣਾ ਰੋਲ ਰਿਹਾ, ਜੋ ਮੇਰਾ ਕਰੈਕਟਰ ਰਿਹਾ, ਮੈਂ ਕਦੇ ਆਪਣੇ ਕਿਸੇ ਅਹੁਦਿਆਂ ਦੇ ਪਿੱਛੇ ਜਾਣ ਵਾਸਤੇ ਕਦੇ ਕੁਛ ਨਹੀਂ ਲਿਆ। ਮੈਂ ਕਾਂਗਰਸ ਪਾਰਟੀ ਨਾਲ ਬੱਝੀ ਹਾਂ, ਗਾਂਧੀ ਪਰਿਵਾਰ ਨਾਲ ਬੱਝੀ ਹਾਂ। ਇਹਨਾਂ ਲਈ ਮੈਂ ਅਹੁਦੇ ਤਾਂ ਬਹੁਤ ਛੋਟੀ ਚੀਜ਼ ਹੈ, ਮੈਂ ਚੁਣਿਆ ਜੇਲ੍ਹਾਂ 'ਚ ਜਾਣਾ, ਆਪਦੇ ਬੱਚਿਆਂ ਨੂੰ ਜੇਲ੍ਹਾਂ 'ਚ ਲਿਜਾਣਾ, ਆਪਦੇ ਬੱਚਿਆਂ ਨੂੰ ਅੱਤਵਾਦ ਦੇ ਸਾਹਮਣੇ ਲਿਜਾਣਾ। ਅਤੇ ਹੁਣ ਮਿਸ਼ਨ ਹੈਗਾ ਕਿ ਅਸੀਂ ਮੋਦੀ ਲਾਉਣਾ, ਬੀਜੇਪੀ ਫਿਰਕਾ ਪ੍ਰਸਤ ਸਰਕਾਰ ਲਾਉਣੀ। ਅਤੇ ਮੈਡਮ, ਜੇਕਰ ਸਪੋਜ਼ ਕਰੋ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਜਿੱਤ ਜਾਂਦੇ ਨੇ, ਤਾਂ ਮੰਨਿਆ ਜਾ ਰਿਹਾ ਉਹਦਾ ਸਭ ਤੋਂ ਵੱਧ ਫਾਇਦਾ ਤੁਹਾਨੂੰ ਹੋ ਸਕਦਾ ਕਿਉਂਕਿ ਲਹਿਰੀ ਦੀ ਸੀਟ ਖਾਲੀ ਹੋ ਜੂਗੀ। ਸਪਰਿਓਰਟੀ ਮੇਰੀ ਆਪਣਾ ਜ਼ਿਲ੍ਹਾ ਹੈ, ਇੱਥੇ ਦੇ ਵਿੱਚ ਮੈਂ ਕਿਸੇ ਥਾਂ 'ਤੇ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਜੇ ਮੈਂ ਸਮਝਦੀ ਹਾਂ ਕਿ ਇਹ ਸੀਟ, ਇਹ ਨਹੀਂ ਕਿ ਕੇਵਲ ਸੀਟ ਮੇਰੀ ਸੀਟ ਹੈ। ਕਹਿੰਦੇ ਜੇਕਰ ਇਨਸਾਨ ਹਾਲਾਤਾਂ ਨੂੰ ਨਹੀਂ ਬਦਲ ਸਕਦਾ ਤਾਂ ਇਨਸਾਨ ਨੂੰ ਹਾਲਾਤਾਂ ਦੇ ਅਨੁਸਾਰ ਬਦਲ ਜਾਣਾ ਚਾਹੀਦਾ। ਜਿੱਥੇ ਇੱਕ ਪਾਸੇ ਕਾਂਗਰਸ ਦੇ ਵਿੱਚ ਉਹਨਾਂ ਦੇ ਦਿੱਗਜ ਲੀਡਰ ਪਾਰਟੀ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਖਫਾ ਨਜ਼ਰ ਆ ਰਹੇ ਨੇ, ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਕੇਵਲ ਸਿੰਘ ਢਿੱਲੋਂ ਦੇ ਰੋਡ ਸ਼ੋਅ ਦੇ ਵਿੱਚ ਪਹੁੰਚੇ। ਰਜਿੰਦਰ ਕੌਰ ਪੱਠਲ ਹੋਣਾ ਦੀ ਵੀ ਬਹੁਤ ਹੀ ਤਗੜੀ ਦਾਅਵੇਦਾਰੀ ਸੀ ਸੰਗਰੂਰ ਤੋਂ, ਪਰ ਪਾਰਟੀ ਨੇ ਭਰੋਸਾ ਕੇਵਲ ਸਿੰਘ ਢਿੱਲੋਂ ਦੇ ਵਿੱਚ ਜਿਤਾਇਆ। ਅੱਜ ਸਾਡੇ ਨਾਲ ਗੱਲਬਾਤ ਲਈ ਨੇ ਰਜਿੰਦਰ ਕੌਰ ਪੱਠਲ। ਮੈਮ, ਸਵਾਗਤ ਹੈ ਦੈਨਿਕ ਸਵੇਰਾ 'ਤੇ ਤੁਹਾਡਾ। ਹਾਂਜੀ ਮੈਮ, ਸੱਦਾ ਆਇਆ ਸੀ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਗਏ ਸੀ ਜਾਂ ਪਾਰਟੀ ਨੇ ਡਿਊਟੀ ਲਾਈ ਸੀ ਰੋਡ ਸ਼ੋਅ ਦੇ ਵਿੱਚ? ਕੋਈ ਗੱਲ ਨਹੀਂ ਹੈ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਬਹੁਤ ਛੋਟੀਆਂ ਗੱਲਾਂ ਜਿਹੜਾ ਤੁਸੀਂ ਕੁਐਸਚਨ ਕੀਤਾ ਹੈਗਾ ਕਿ ਮਜ਼ਬੂਤ ਦਾਅਵੇਦਾਰੀ ਸੀ, ਉਹਨਾਂ ਨੇ ਫੈਸਲਾ ਕੀਤਾ ਘਰ ਬੈਠੇ ਨੇ। ਮੇਰਾ ਜੋ ਪਿਛੋਕੜ ਰਿਹਾ, ਜੋ ਮੇਰਾ ਆਪਣਾ ਰੋਲ ਰਿਹਾ, ਜੋ ਮੇਰਾ ਕਰੈਕਟਰ ਰਿਹਾ, ਮੈਂ ਕਦੇ ਆਪਣੇ ਕਿਸੇ ਅਹੁਦਿਆਂ ਦੇ ਪਿੱਛੇ ਜਾਣ ਵਾਸਤੇ ਕਦੇ ਕੁਛ ਨਹੀਂ ਲਿਆ। ਮੈਂ ਕਾਂਗਰਸ ਪਾਰਟੀ ਨਾਲ ਬੱਝੀ ਹਾਂ, ਗਾਂਧੀ ਪਰਿਵਾਰ ਨਾਲ ਬੱਝੀ ਹਾਂ। ਅਤੇ ਇਹਨਾਂ ਲਈ ਮੈਂ ਅਹੁਦੇ ਤਾਂ ਬਹੁਤ ਛੋਟੀ ਚੀਜ਼ ਹੈ, ਮੈਂ ਚੁਣਿਆ ਜੇਲ੍ਹਾਂ 'ਚ ਜਾਣਾ, ਆਪਦੇ ਬੱਚਿਆਂ ਨੂੰ ਜੇਲ੍ਹਾਂ 'ਚ ਲਿਜਾਣਾ, ਆਪਦੇ ਬੱਚਿਆਂ ਨੂੰ ਅੱਤਵਾਦ ਦੇ ਸਾਹਮਣੇ ਲਿਜਾਣਾ। ਜਿਹੜੇ ਬੰਦੇ ਦਾ ਐਡਾ ਵੱਡਾ ਟਾਸਕ ਹੁੰਦਾ ਆਪਣੀ ਪਾਰਟੀ ਐਡਵਿਟੀ ਕਮਿਟਮੈਂਟ 'ਚ, ਉਹ ਤਾਂ ਬਹੁਤ, ਦੀਜ਼ ਆਰ ਵੈਰੀ ਸਮਾਲ ਥਿੰਗਸ। ਮੈਨੂੰ ਤਾਂ ਉਸ ਬਾਰੇ ਠੀਕ ਹੈ ਕਿ ਥੋੜ੍ਹਾ ਮੋਟਾ ਮੈਂ ਸਮਝਦੀ ਸੀ ਕਿ ਮੈਨੂੰ ਪਿਛਲੀ ਦੋ ਵਾਰੀ ਇਹਨਾਂ ਨੇ ਕਿਹਾ ਸੀ, ਅਤੇ ਮੈਂ ਉਸ ਵਕਤ ਤੋਂ ਕਈ ਐਸੀਆਂ ਮਜਬੂਰੀਆਂ ਸੀਗੀਆਂ, ਮੈਂ ਇਹ ਸਮਝਦੀ ਸੀ ਕਿ ਅੱਜ ਇਹ ਨਾ ਸੋਚਿਆ ਜਾਵੇ ਕਿਤੇ ਕਿ ਮੈਂ ਹਰ ਵਾਰ ਡਿਨਾਈ ਕਰਦੀ ਮੈਂ, ਲੇਕਿਨ ਮੈਂ ਉੱਥੇ ਜਾ ਕੇ ਕਿਹਾ ਹੀ ਸੀ ਕਿ ਮੈਂ ਸਮਝਦੀ ਸੀ ਕਿ ਮੈਂ ਲੜਾਂ, ਲੇਕਿਨ ਮੇਰੀ ਥੋੜ੍ਹੀ ਮੋਟੀ ਸਿਹਤ ਦਾ ਵੀ ਹੋਰ ਕਰਕੇ ਮੈਂ, ਅਤੇ ਮੈਂ ਜ਼ਿਆਦਾ ਲੜਾਉਣ 'ਚ ਜਿਸ ਤਰ੍ਹਾਂ ਕਹਿੰਦੇ ਹਾਂ ਉੱਥੇ ਜ਼ਿਆਦਾ ਟਾਈਮ ਦੇ ਸਕਦੀ ਹਾਂ। ਅਤੇ ਤੁਸੀਂ ਇਲੈਕਸ਼ਨਾਂ ਅੱਜ ਕੱਲ੍ਹ ਜਿਸ ਤਰ੍ਹਾਂ ਦੀਆਂ ਹੈਗੀਆਂ ਸਾਰੇ ਸਮਝਦੇ ਹਾਂ ਆਪਾਂ, ਉਹਨਾਂ ਦੇ ਮੁਤਾਬਕ ਪੂਰਾ ਜ਼ੋਰ ਧਿਆਨ ਦੇਣਾ ਪੈਂਦਾ ਹੈਗਾ। ਮਤਲਬ ਤੁਸੀਂ ਇਸ ਵਾਰ ਕਿੰਗ ਮੇਕਰ? ਮੈਂ ਕਿੰਗ ਮੇਕਰ ਕਹਿੰਦੀ ਹਾਂ, ਮੈਂ ਪਾਰਟੀ ਦੀ ਲੋਇਲ, ਅਤੇ ਮੇਰੇ ਸਾਹਮਣੇ ਦੋ ਨਿਸ਼ਾਨੇ ਸੀ। ਤੁਸੀਂ ਦੇਖ ਰਹੇ ਹੋਵੋਗੇ ਕਿ 8-10 ਸਾਲਾਂ ਤੋਂ ਜਿਹੜਾ ਮੇਰਾ ਰੋਲ ਹੈ ਉਹ ਕੋਈ ਡਿਫਰੈਂਟ ਰੋਲ ਰਿਹਾ ਮੇਰੀ ਪੁਰਾਣੀ ਪਹਿਲੀ ਜ਼ਿੰਦਗੀ ਤੋਂ ਇਲਾਵਾ। ਇਹ ਰੋਲ ਇਸ ਕਰਕੇ ਕਿ ਸਾਡੇ 10 ਸਾਲਾਂ 'ਚ ਪੰਜਾਬ 'ਚ ਐਸੀ ਸਰਕਾਰ ਆ ਗਈ ਜਿਨ੍ਹਾਂ ਨੇ ਖੂਨ ਖਰਾਬੇ ਕਰਾਏ, ਧਰਮਾਂ ਦੇ ਅਪਮਾਨ ਕਰਾਏ, ਮੁੰਡਿਆਂ ਨੂੰ, ਸਾਡੀ ਨੌਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਬਰਬਾਦ ਕੀਤਾ, ਆਰਥਿਕਤਾ ਸਾਡੀ ਕਮਜ਼ੋਰ ਕਰਤੀ, ਤੋੜਤਾ ਪੰਜਾਬ ਨੂੰ। ਸੋ ਮੈਂ ਨਹੀਂ ਸਮਝਦੀ ਸੀ ਕਿ ਇਸ ਸਿਚੁਏਸ਼ਨ ਵਿੱਚ ਇੱਕ ਛੋਟੀਆਂ ਗੱਲਾਂ ਕਿ ਉਹ ਲੈਣਾ ਆਹ ਲੈਣਾ, ਮੇਰੇ ਕੋਲ ਖੁਦ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀ ਸਾਰਾ ਮਿਲੇ ਸਰ, ਮੈਂ ਖੁਦ ਆਪਣੇ ਵੱਲੋਂ ਕਿਹਾ ਸੀ ਕਿ ਇਸ ਵਾਰ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਆਵੇ ਪੰਜਾਬ ਦੇ ਵਿੱਚ, ਕੋਈ ਇੱਛਾ ਨਹੀਂ ਕੁਛ ਨਹੀਂ, ਡਟ ਕੇ ਮਦਦ ਕਰਾਂਗੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਤੁਸੀਂ, ਮੈਂ ਕਹਿੰਦੀ ਮੇਰੀ ਕੋਈ ਇੱਛਾ ਨਹੀਂ, ਆਪਾਂ ਡਟ ਕੇ ਆਰਾਮ ਕਰਾਂਗੇ ਉਸ ਰਾਜ ਲਈ। ਇਵੇਂ ਜਿਵੇਂ ਦਿੱਲੀ ਦੇ ਵਿੱਚ ਜੋ ਹੁਣ ਮੋਦੀ ਨੇ ਆਪਣੇ ਰਾਜ ਭਾਗ ਦੇ ਵਿੱਚ ਮਜ਼ਾਕ ਉਡਾਇਆ ਸਾਡੇ ਦੇਸ਼ ਦਾ, ਜਿਸ ਤਰ੍ਹਾਂ ਕੰਗਾਲ ਕੀਤਾ, ਜਿਸ ਤਰ੍ਹਾਂ ਉਹਨੂੰ ਕਹਿੰਦੇ ਹਾਂ ਬਿਮਾਰ ਕੀਤਾ ਹਿੰਦੁਸਤਾਨ, ਸਾਡਾ ਸਰਮਾਇਆ 2-4 ਕੰਪਨੀਆਂ 'ਚ ਲਟਾ ਤਾ ਜਾਂ ਵਿਦੇਸ਼ਾਂ ਦੇ ਤਾ ਲੋਕਾਂ ਨਾਲ, ਇੱਕ ਪ੍ਰਾਈਮ ਮਿਨਿਸਟਰ ਦਾ ਅੱਜ ਤੱਕ ਜਿੰਨੀ ਮੇਰੀ ਲਾਈਫ ਹੈ ਮੈਂ ਨਹੀਂ ਦੇਖਿਆ ਕੋਈ ਪ੍ਰਾਈਮ ਮਿਨਿਸਟਰ ਇੰਨਾ ਝੂਠਾ ਵਾਅਦਾ ਕਰਕੇ ਕਿ 15 ਲੱਖ ਦੇਊਂਗਾ ਅਤੇ ਉਹ 5 ਸਾਲ ਬੀਤ ਗਏ ਅਤੇ 15 ਲੱਖ ਨਜ਼ਰ ਨਹੀਂ ਆਇਆ। ਉਹਦੇ ਵਿੱਚ ਵੀ ਸਾਜਿਸ਼ ਨਜ਼ਰ ਆਈ, ਉਹਦੇ ਵਿੱਚ ਲੋਕਾਂ ਦਾ ਝੂਠਾ ਲਾਇਆ ਹੀ ਲਾਇਆ, ਲੇਕਿਨ ਨਾਲ ਉਹਨਾਂ ਨੇ ਕਿਹਾ ਅਕਾਊਂਟ ਖੋਲ੍ਹ ਲਓ। ਉਹ ਅਕਾਊਂਟ ਖੋਲ੍ਹਣ ਦੇ ਵਿੱਚ ਕਿੰਨਾ ਪੈਸਾ, 100 ਕਰੋੜ ਇਕੱਠਾ ਹੋਇਆ, ਉਹ ਗਰੀਬਾਂ ਦਾ ਉਹ ਵੀ ਕਢਾ ਕੇ ਖਾ ਗਿਆ ਹੈ। ਕਾਲਾ ਧਨ ਲਿਆਊਂਗਾ, ਫਲਾਨਾ ਕਰੂੰਗਾ, ਦੌਰ ਜਗਾਰ ਦੇਊਂਗਾ, ਐਸਾ ਪ੍ਰਾਈਮ ਮਿਨਿਸਟਰ ਜਿਹਨੇ ਬਿਲਕੁਲ ਆਪਾਂ ਸਮਝਦੇ ਹਾਂ ਕਿ ਸਾਡੇ ਦੇਸ਼ ਨੂੰ ਅੰਗਰੇਜ਼ਾਂ ਨਾਲ ਵੱਧ ਖਰਾਬ ਕਰਨ ਦਾ ਖੋਰਾ ਲਾਇਆ ਸੀ। ਇਹ ਮੇਰੇ ਸਾਹਮਣੇ ਇਹ ਮਿਸ਼ਨ ਹੈ। ਮੈਂ ਜਦੋਂ ਕਿਤੇ ਵੀ ਟਿਕਟ ਵੇਲੇ ਚੱਲਦੇ ਸੀਗੇ ਸਾਰੀਆਂ ਸਰਗਰਮੀਆਂ, ਉਦੋਂ ਵੀ ਹਰ ਚੈਨਲ 'ਚ ਅੱਜ ਕੱਢ ਕੇ ਦੇਖਿਓ, ਵੱਡੇ ਤੋਂ ਵੱਡੇ ਚੈਨਲ, ਛੋਟੇ ਜਿਹੜੇ ਵੀ ਸਾਰੇ ਚੈਨਲ ਨੇ, ਮੈਂ ਇੱਕੋ ਗੱਲ ਕਹਿੰਦੀ ਸੀ ਕਿ ਜਿੱਥੇ ਜ਼ਰੂਰਤ ਪਊ ਪਾਰਟੀ ਅਗਰ ਕਹੂਗੀ ਤਾਂ ਮੈਂ ਜ਼ਰੂਰ ਲੜੂੰਗੀ, ਮੈਂ ਇਹ ਗੱਲ ਕਹੀ ਸੀ। ਲੇਕਿਨ ਮੈਂ ਸਮਝਦੀ ਹਾਂ ਕਿ ਮੇਰੇ ਲਈ ਇਕੱਲੀ ਇੱਕ ਸੀਟ ਦਾ ਸਵਾਲ ਨਹੀਂ ਹੈ, ਮੇਰੇ ਲਈ ਤਾਂ ਹਿੰਦੁਸਤਾਨ ਦੀ ਸਰਕਾਰ 'ਚ ਅਸੀਂ 12-13 ਸੀਟਾਂ ਕਿਵੇਂ ਪਾਉਣੀਆਂ। ਹਰ ਥਾਵਾਂ 'ਤੇ ਮੇਰੀ ਪੂਰੀ ਕੋਸ਼ਿਸ਼ ਹੈ, ਹਰ ਥਾਵਾਂ 'ਤੇ ਪੂਰੇ ਯਤਨ ਹੈ ਜਿੱਤੀਏ, ਅਤੇ ਮੈਂ ਨਿੱਜੀ ਆਪਣੀਆਂ ਗੱਲਾਂ ਤਾਂ ਮੈਂ ਜਿਸ ਟੱਬਰ 'ਚ ਜੰਮੀ ਹਾਂ ਉਹਨਾਂ ਤਾਂ ਆਪਣੇ ਸਾਰਾ ਕੁਛ ਵਾਰਤਾ, ਬੱਚੇ ਅਗਰ ਵਾਰਤੇ ਸਭ ਕੁਛ ਵਾਰਤੀ, ਅਤੇ ਮੈਂ ਉਸ ਟੱਬਰ 'ਚ ਜੰਮੀ, ਮੇਰੇ ਉਹ ਖੂਨ ਹੈਗਾ। ਇਸ ਕਰਕੇ ਮੈਂ ਸਮਝਦੀ ਹਾਂ ਦੋਵਾਂ ਸਰਕਾਰਾਂ ਨੂੰ ਲਾਂਭੇ ਕਰਨਾ, ਇੱਕ ਤਾਂ ਅਸੀਂ ਕਰ ਲਈ ਪੰਜਾਬ ਦੀ ਲਾਂਭੇ ਅਕਾਲੀ ਦਲ ਵਾਲੀ ਸਰਕਾਰ, ਅਤੇ ਆਪ ਜਿਹੜਾ ਹੈਗਾ ਐਵੇਂ ਵਿਚਕਾਰ ਆ ਕੇ ਵੋਟਾਂ ਖਰਾਬ ਕਰਕੇ ਕੋਈ ਨਾ ਕੋਈ ਹੋਰ ਪਾਰਟੀ ਦੀ ਮਦਦ ਹੋ ਜਾਂਦੀ ਹੈ, ਉਹ ਆਪਣੇ ਆਪ ਹੀ ਆਪਣੇ ਭਾਰ ਨਾਲ ਡਿੱਗ ਪਿਆ। ਅਤੇ ਹੁਣ ਮਿਸ਼ਨ ਹੈਗਾ ਕਿ ਅਸੀਂ ਮੋਦੀ ਲਾਉਣਾ, ਬੀਜੇਪੀ ਫਿਰਕਾ ਪ੍ਰਸਤ ਸਰਕਾਰ ਲਾਉਣੀ। ਇਸ ਕਾਰਨ ਕਰਕੇ ਇਹ ਮੈਂ ਨਹੀਂ ਸਮਝਦੀ ਕਿ ਕੇਵਲ ਢਿੱਲੋਂ ਦੀ ਚੋਣ ਮੁਹਿੰਮ ਸੀ, ਉਹ ਮੇਰੀ ਚੋਣ ਮੁਹਿੰਮ ਸੀ।
ਰਜਿੰਦਰ ਕੌਰ ਪਠਾਣਾ ਇਲੈਕਸ਼ਨ ਲੜੂ ਜੀ ਮੈਂ ਆਪਣੀ ਲੜੀ ਦੀ ਹੈ ਮੈਂ ਉਹ ਫਰਜ਼ ਇਸ ਵਾਰ ਤਿਆਗ ਦਿੱਤਾ ਹੈ ਇਸ ਵਾਰ ਕਹਿ ਸਕਦੇ ਆ ਪਾਰਟੀ ਲਈ ਮੈਂ ਦੱਸਿਆ ਕਿ ਤਿਆਗ ਮੈਂ ਇੱਕ ਵਾਰ ਨਹੀਂ ਦਿੱਤਾ ਤਿਆਗ ਮੈਨੂੰ ਬਹੁਤ ਵਾਰ ਕਰਨਾ ਪਿਆ ਔਰ ਬਹੁਤ ਵਾਰ ਮੈਂ ਕੀਤਾ ਪਾਰਟੀ ਲਈ ਮੈਂ ਇੱਕ ਐਸੀ ਇਗਜ਼ਾਮਪਲ ਪੇਸ਼ ਕੀਤੀ ਹੈ ਕਿ ਸ਼ਾਇਦ ਕੋਈ ਨਾ ਕੋਈ ਲੀਡਰ ਇੱਕ ਵਾਰ ਜਾਂ ਦੋ ਵਾਰ ਕਰ ਦਿੰਦੇ ਨੇ ਮੈਂ ਜਿਸ ਟੱਬਰ 'ਚ ਜੰਮੀ ਹਾਂ ਮੇਰੇ ਫਾਦਰ ਨੂੰ ਇੱਕ ਵਾਰ ਜਦੋਂ ਪੈਪਸੂਆਂ ਦੇ ਬਣਨੇ ਸੀਗੇ ਚੀਫ ਮਿਨਿਸਟਰੀ ਔਫਰ ਹੋਈ ਸੀ ਜਿਸ ਵਕਤ ਸਾਰੇ ਆਪਣੇ ਉਦੋਂ ਯਾਦਵਿੰਦਰ ਜੀ ਸੀ ਮਹਾਰਾਜ ਪਟਿਆਲਾ ਦੇ ਜਿਹੜੇ ਫਾਦਰ ਸੀਗੇ ਉਸ ਵਕਤ ਵੀ ਸਾਡੇ ਆ ਹੁਣ ਵੀ ਜਿਵੇਂ ਤਰਲੋਚਨ ਸਿੰਘ ਇਹਦੇ ਨਾਲ ਅਮਰਜੀਤ ਸਿੰਘ ਹੁੰਦਾ ਸੀ ਉਸ ਵੇਲੇ ਬੁਲਾ ਕੇ ਕਿ ਤੁਹਾਨੂੰ ਅਸੀਂ ਚੀਫ ਮਿਨਿਸਟਰ ਬਣਾ ਦਿੰਦੇ ਹਾਂ ਪੈਪਸੂ ਦਾ ਮੇਰੇ ਫਾਦਰ ਨਹੀਂ ਸੀ ਮੰਨੇ ਤਿਆਗ ਕੀਤਾ ਸੀ ਫਿਰ ਬਾਬੂ ਵਰਸ਼ਪਾਲ ਨੂੰ ਬਣਾਇਆ ਗਿਆ ਸੀ ਸੋ ਤਿਆਗ ਦੇਸ਼ ਲਈ ਤਿਆਗ ਕੀਤਾ ਘਰਾਂ ਦਾ ਸਾਡਾ ਖੂਨ ਹੈ ਤਿਆਗ ਕਰਨਾ ਇੱਕ ਵਾਰ ਨਹੀਂ ਸੀ ਹਮੇਸ਼ਾ ਜਦੋਂ ਲੋੜ ਪਈ ਹੈ ਦੇਸ਼ ਨੂੰ ਜਦੋਂ ਲੋੜ ਪਈ ਹੈ ਪਾਰਟੀ ਨੂੰ ਜਦੋਂ ਲੋੜ ਪਈ ਹੈ ਜਿਹਦੇ ਨਾਲ ਅਸੀਂ ਲੋਇਲ ਹਾਂ ਲੀਡਰ ਨੂੰ ਅਸੀਂ ਤਿਆਗ ਨੂੰ ਪਹਿਲਾਂ ਰੱਖਿਆ ਹੋਇਆ ਉਹੀ ਸਾਡਾ ਮਿਸ਼ਨ ਹੈ ਉਹੀ ਸਾਡੀ ਦਿਲਚਸਪੀ ਹੈ ਉਹਨੂੰ ਅਸੀਂ ਪਿਆਰ ਕਰਦੇ ਹਾਂ ਉਸ ਰੱਖਿਆ ਅੱਛਾ ਬਠਿੰਡੇ ਦੀ ਸੀਟ ਵੀ ਅਜੇ ਅਨਾਊਂਸ ਹੋਣੀ ਬਾਕੀ ਹੈ ਕੋਈ ਉਮੀਦ ਹੈਗੀ ਹੈ ਕਿ ਤੁਹਾਨੂੰ ਬਠਿੰਡੇ ਤੋਂ ਉਤਾਰ ਸਕਦੇ ਕਿ ਜਾਂ ਤੁਸੀਂ ਬਿਲਕੁਲ ਹੀ ਹੁਣ ਤੁਸੀਂ ਸਾਰੀਆਂ ਕਿੰਗ ਮੇਕਰ ਕੀ ਸਿਰਫ ਸਿਲੈਕਸ਼ਨ ਲੜਦੀ ਹੁੰਦੀ ਹੈ ਕਿੰਨੇ ਲੋਕ ਨੇ ਜਿਹੜੇ ਸਿਰਫ ਇਲੈਕਸ਼ਨ ਲੜਦੇ ਆ ਅਤੇ ਐਕਟਿਵ ਰਹਿੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਲੜਦੇ ਨਹੀਂ ਨਾਲ ਉਸ ਥਾਂ 'ਤੇ ਆਪਣੀ ਪਾਰਟੀ ਦੇ ਵਿੱਚ ਹਰ ਕੰਮ ਕਰਦੇ ਨੇਗੇ ਨਾ ਤਾਂ ਮੈਂ ਉਮੀਦਵਾਰ ਬਠਿੰਡੇ ਦੀਆਂ ਨਾ ਮੈਂ ਹੋਰ ਕੁਛ ਨਾ ਮੈਂ ਇੱਥੋਂ ਹੀ ਮੈਂ ਸਮਝਦੀ ਸੀ ਵੀ ਜੇ ਪਾਰਟੀ ਸਮਝੂਗੀ ਜੇ ਹੋਰ ਕੋਈ ਕਿਸੇ ਪਾਸੇ ਨਾ ਤਿਆਰ ਹੋਇਆ ਮੈਂ ਹੈਗੀ ਹਾਂ ਸੰਗਰੂਰ ਤੋਂ ਮੇਰਾ ਕੀ ਕੰਮ ਹੈ ਉੱਥੇ ਜਾਣ ਦਾ ਬਠਿੰਡੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਕਿਸੇ ਤਰ੍ਹਾਂ ਮੇਰਾ ਸਿਰਫ ਅਤੇ ਸਿਰਫ ਮਿਸ਼ਨ ਹੈ ਸੰਗਰੂਰ ਦੀ ਸੀਟ ਬਹੁਤ ਵੱਡੇ ਮਾਰਜਨ 'ਤੇ ਮੈਂ ਕੱਢ ਕੇ ਲਿਆਉਣਾ ਮੈਂ ਆਪਣੇ ਤੌਰ 'ਤੇ ਲੱਗੀ ਹਾਂ ਇਹ ਨਹੀਂ ਕਿ ਮੇਰੀ ਕਿਸੇ ਨੇ ਡਿਊਟੀ ਲਾਤੀ ਮੈਂ ਤਾਂ ਲੱਗੀ ਹਾਂ ਮੈਨੂੰ ਡਿਊਟੀਆਂ ਲਾਉਣ ਦੀ ਮੇਰੇ ਸਾਥੀ ਨੇ ਕਲੀਗ ਨੇ ਅਸੀਂ ਸਾਰੇ ਸਾਨੂੰ ਆਪਣੇ ਫਰਜ਼ਾਂ ਦਾ ਆਪ ਪਤਾ ਅਸੀਂ ਆਪ ਗੱਲ ਕਰਦੇ ਹੈਗੇ ਹਾਂ ਇੱਕ ਇਲਜ਼ਾਮ ਕਾਂਗਰਸ 'ਤੇ ਇਹ ਵੀ ਲੱਗ ਰਿਹਾ ਉਹਨਾਂ ਦੇ ਆਪਣੇ ਜਿਹੜੇ ਲੀਡਰ ਨੇ ਵੱਡੇ ਉਹ ਵੀ ਲਾ ਰਹੇ ਨੇ ਕਿ ਕਾਂਗਰਸ ਧਨਾਡਾ ਨੂੰ ਵੱਧ ਮੌਕਾ ਦੇ ਰਹੀ ਹੈ ਕਿ ਜੇ ਅਸੀਂ ਦੇਖੀਏ ਦੇਖੋ ਮੈਨੂੰ ਦੱਸੋ ਕਿਹੜੀ ਪਾਰਟੀ ਨੂੰ ਧਨਾਡਾ ਦਿੰਦੀ ਅਕਾਲੀ ਦਲ ਦੀ ਪਾਰਟੀ ਦੀ ਗੱਲ ਲੈ ਲਓ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਹ ਐਗਜ਼ਾਮਪਲ ਨੇ ਧਨਾਡੀ ਦੇ ਇਹਨਾਂ ਦੇ ਸਮੇਂ 'ਚ ਚਾਹੇ ਉਹ ਢੀਂਡਸਾ ਜੀ ਸੀਗੇ ਜਾਂ ਅੱਜ ਢੀਂਡਸਾ ਜੀ ਹੈ ਰਾਜ ਸਭਾ ਵੱਡੇ ਢੀਂਡਸਾ ਜੀ ਕੋਲ ਅਸੈਂਬਲੀ ਉਹੀ ਧਨਾਡਾ ਦੇ ਮੁੰਡੇ ਛੋਟੇ ਪਰਮਿੰਦਰ ਢੀਂਡਸੇ ਕੋਲ ਹੁਣ ਜੇ ਲੋਕ ਸਭਾ ਆਈ ਹੈ ਫਿਰ ਉਹੀ ਧਨਾਡਾ ਦੇ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸੇ ਕੋਲ ਇਹ ਜਿਹੜੇ ਹੈਗੇ ਧਨਾਡਾਂ ਦੇ ਕੁਛ ਟੱਬਰਾਂ ਤੋਂ ਬਾਹਰ ਨਿਕਲਣ ਦੀ ਜਿਵੇਂ ਸੁਖਬੀਰ ਬਾਦਲ ਹੋਣੀ ਵੀ ਆਪਣੇ ਟੱਬਰਾਂ 'ਚ ਹੀ ਰਹਿੰਦੇ ਨੇ ਇਹ ਕੁਛ ਟੱਬਰਾਂ ਵਿੱਚ ਧਨਾਡਾਂ ਦੇ ਉੱਤੇ ਧਨਾਡ ਟੱਬਰਾਂ ਦੇ ਵਿੱਚ ਜਿਹੜੇ ਕਰਦੇ ਆ ਪਾਵਰ ਵੰਡਦੇ ਆ ਲੋਕਾਂ ਤੋਂ ਕੰਮ ਕਰਵਾਉਂਦੇ ਆ ਵੰਡਦੇ ਆ ਉਹ ਅਕਾਲੀ ਦਲ ਦੀ ਆਦਤ ਹੈ ਉਹ ਬੀਜੇਪੀ ਦੀ ਆਦਤ ਹੈ ਜਿਵੇਂ ਬੀਜੇਪੀ ਵਾਲਿਆਂ ਨੇ ਕਿਵੇਂ ਵਿਚਾਰੇ ਜਿਹੜੇ ਪਾਰਟੀ ਦੇ ਲੋਇਲ ਰਹੇ ਚਾਹੇ ਅਡਵਾਨੀ ਜੀ ਹੋਣ ਜੋਸ਼ੀ ਜੀ ਹੋਣ ਕੋਈ ਵੀ ਹੋਣ ਉਹਨਾਂ ਨੂੰ ਛੱਡਿਆ ਇਹਨਾਂ ਨੇ ਵੀ ਤਰਜੀਹ ਦਿੱਤੀ ਹੈ ਇਹ ਮੈਂ ਸਮਝਦੀ ਹਾਂ ਕਿ ਇੰਨੀਆਂ ਛੋਟੀਆਂ ਗਿਰਾਵਟ ਦੀਆਂ ਗੱਲਾਂ ਆ ਗਈਆਂ ਬੀਜੇਪੀ ਹੋਵੇ ਚਾਹੇ ਸਾਡੀਆਂ ਆਪਣੀਆਂ ਰੀਜਨਲ ਪਾਰਟੀਆਂ ਅਕਾਲੀ ਦਲ ਹੋਵੇ ਇਹਨਾਂ ਵਿੱਚ ਛੋਟੀਆਂ ਗੱਲਾਂ ਆ ਗਈਆਂ ਕਿ ਅੱਜ ਦੇਸ਼ ਨੂੰ ਕੀ ਦੇਣਾ ਅੱਗੇ ਲੋਕ ਸੋਚਦੇ ਸੀ ਮੈਂ ਉਹਦੇ ਵਿੱਚ ਅੱਗੇ ਜਾਵਾਂ ਅੱਜ ਇਹ ਆ ਗਿਆ ਕਿ ਸਾਨੂੰ ਕੀ ਮਿਲਦਾ ਦੇਸ਼ ਤੋਂ ਪਾਰਟੀ ਤੁਹਾਡੀ ਪਾਰਟੀ ਦੇ ਆਪਣੇ ਆਗੂ ਜੇ ਆਪਾਂ KP ਦੇਖੀਏ ਜਾਂ ਫਿਰ ਸੁਰਜੀਤ ਸਿੰਘ ਧਮਾਨ ਦੇਖੀਏ ਉਹ ਕਹਿ ਰਹੇ ਨੇ ਕਿ ਦਲਿਤਾਂ ਨੂੰ OBCs ਨੂੰ ਸਾਈਡਲਾਈਨ ਕੀਤਾ ਜਾ ਰਿਹਾ ਉਹਨਾਂ ਨੂੰ ਹਾਸ਼ੀ 'ਤੇ ਲੈ ਕੇ ਜਾਇਆ ਜਾ ਰਿਹਾ ਧਨਾਡਾ ਨੂੰ ਵੱਧ ਮੌਕਾ ਦਿੱਤਾ ਜਾ ਰਿਹਾ ਫਿਰ ਤੁਹਾਡੀ ਪਾਰਟੀ ਦੇ ਵਿੱਚੋਂ ਹੀ ਵਿਰੋਧ ਕਿਉਂ ਹੋ ਰਿਹਾ ਮੈਨੂੰ ਤੁਸੀਂ ਕੋਈ ਐਸਾ ਸਮਾਂ ਦੱਸ ਸਕਦੇ ਹੋ ਜਿਸ ਵਿੱਚ ਜਦੋਂ ਵੀ ਕੋਈ ਮੂਵਮੈਂਟ ਚੱਲਦੀ ਰਹੀ ਹੋਵੇ ਉਹਦੇ ਵਿੱਚ ਉਹਦੇ 'ਤੇ ਕ੍ਰਿਟਿਸਿਜ਼ਮ ਨਾ ਹੋਇਆ ਹੋਵੇ ਚਾਹੇ ਉਹਨਾਂ ਦੇ ਆਪਣੇ ਬੰਦੇ ਹੋਣ ਮੈਂ ਇਹ ਕਹਿਣਾ ਨਹੀਂ ਚਾਹੁੰਦੀ ਚਾਹੇ ਉਹ ਸਾਡੇ ਬਹੁਤ ਰਿਲੀਜੀਅਸ ਵੱਡੀਆਂ ਸਾਡੀਆਂ ਸ਼ਕਤੀਆਂ ਹੋਣ ਜਾਂ ਕੁਛ ਵੀ ਆਪਣੇ ਸਮਾਜਿਕ ਹੋਣ ਹੋਰ ਹੋਣ ਜਦੋਂ ਕੋਈ ਮਾਮਲਾ ਆਉਂਦਾ ਉਹਦੇ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਪਰਿਵਾਰ 'ਚ ਵੀ ਹੁੰਦੀਆਂ ਪਾਰਟੀ 'ਚ ਵੀ ਹੁੰਦੀਆਂ ਅਤੇ ਉਦੋਂ ਰੁੱਸੇ ਵੀ ਹੁੰਦੇ ਆ ਮੰਨਣਾ ਵੀ ਹੁੰਦਾ ਲੇਕਿਨ ਮੈਂ ਸਮਝਦੀ ਹਾਂ ਮੈਨੂੰ ਅੱਜ ਵੀ ਪੂਰਾ ਮਾਣ ਹੈ ਮੇਰੇ ਸਾਰੇ ਵਰਕਰਾਂ 'ਤੇ ਸਾਥੀਆਂ 'ਤੇ ਜਿਵੇਂ ਮੈਂ ਕਈ ਵਾਰ ਦੋ ਵਾਰ PCC ਦੀ ਸਟੇਟ ਪ੍ਰੈਜ਼ੀਡੈਂਟਸ਼ਿਪ ਚਲਾਈ ਹੈ ਚੀਫ ਮਿਨਿਸਟਰੀ ਵੀ ਕੀਤੀ ਹੈ ਹੋਰ ਮਿਨਿਸਟਰੀਆਂ ਵੀ ਕੀਤੀਆਂ ਮੈਨੂੰ ਪੱਕਾ ਪਤਾ ਹੈ ਕਿ ਜੋ ਕਾਂਗਰਸ ਮੈਨ ਉਹਦੇ ਅੰਦਰ ਕਾਂਗਰਸ ਦਾ ਖੂਨ ਵਗਦਾ ਰੁੱਸਣਾ ਉਹਦਾ ਹੱਕ ਹੈ ਟਿਕਟ ਮੰਗਣਾ ਉਹਦਾ ਹੱਕ ਹੈ ਜੇ ਉੱਥੇ ਰੁੱਸਿਆ ਅਤੇ ਉਹਨੇ ਪ੍ਰੋਟੈਸਟ ਕੀਤਾ ਉਹਦਾ ਹੱਕ ਹੈ ਰਾਈਟ ਹੈ ਲੇਕਿਨ ਕੋਈ ਨਹੀਂ ਸਾਡੇ ਬਾਹਰ ਜਾਣ ਵਾਲਾ ਸਾਰੇ ਸਾਡੇ ਆਪਣੇ ਜਿਹੜੇ ਹੈਗੇ ਕਾਂਗਰਸ ਲਈ ਸਿਰ ਤੋੜ ਯਤਨ ਕਰਨਗੇ ਮੈਨੂੰ ਇਸ ਗੱਲ ਦਾ ਤਾਂ ਪੂਰਾ ਭਰੋਸਾ ਤੁਹਾਡਾ ਕਿਸੇ ਨਾਲ ਪਰਸਨਲ ਟੱਚ 'ਚ ਹੈਗੇ ਹੋ ਜਿਹੜੇ ਨਾਰਾਜ਼ ਹੋਏ ਨੇ KP ਹੋ ਗਏ ਦੁੱਲੋ ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋ ਦੀ ਵਾਈਫ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਟਿਕਟ ਵੀ ਮਿਲ ਚੁੱਕੀ ਹੈ ਕੋਈ ਹੈਗਾ ਸੰਪਰਕ ਤੁਹਾਡਾ ਪਰਸਨਲੀ ਉਹਨਾਂ ਨਾਲ ਦੱਸਦੀ ਹਾਂ ਕਿ 100% ਕਿਸੇ ਨੂੰ ਰਾਜੀ ਤਾਂ ਬਾਬਾ ਨਾਨਕ ਦੇਵ ਜੀ ਵੀ ਨਹੀਂ ਕਰ ਸਕੇ ਸੀਗੇ ਕੋਈ ਵੀ ਚਾਹੇ ਹੋਇਆ ਕੋਈ ਕੁਛ ਹੋਵੇ ਸਾਰੀ ਦੁਨੀਆ ਨੂੰ ਆਪਾਂ ਮੁੱਠੀ 'ਚ ਬੰਦ ਨਹੀਂ ਕਰ ਸਕਦੇ ਚਾਹੇ ਉਹ ਸਿਕੰਦਰ ਹੋਵੇ ਜਾਂ ਕੁਛ ਵੀ ਹੋਵੇ ਲੇਕਿਨ ਇਹ ਠੀਕ ਹੈ ਸਾਡੇ ਆਪਣੇ ਵੱਡੇ ਸਾਰੇ ਅਸੀਂ ਟੱਚ 'ਚ ਹੈਗੇ ਹਾਂ ਅਸੀਂ ਇਸ ਗੱਲ 'ਤੇ ਲੱਗੇ ਵੇ ਹਾਂ ਸਾਡੇ ਜਿਹੜੇ ਭਰਾ ਹੈ ਉਹਨਾਂ ਦਾ ਰੋਸਾ ਝੋਲੀ 'ਚ ਪਾਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਕਰ ਰਹੇ ਹਾਂ ਹੋ ਰਹੀ ਹੈ ਸਾਡੀ ਗੱਲ ਜੀ ਅਤੇ ਮੈਡਮ ਜੇਕਰ ਸਪੋਜ਼ ਕਰੋ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਜਿੱਤ ਜਾਂਦੇ ਨੇ ਤਾਂ ਮੰਨਿਆ ਜਾ ਰਿਹਾ ਉਹਦਾ ਸਭ ਤੋਂ ਵੱਧ ਫਾਇਦਾ ਤੁਹਾਨੂੰ ਹੋ ਸਕਦਾ ਕਿਉਂਕਿ ਲਹਿਰੀ ਦੀ ਸੀਟ ਖਾਲੀ ਹੋ ਜੂਗੀ ਮੈਂ ਫਿਰ ਉਹੀ ਗੱਲ ਕਰਦੀ ਹਾਂ ਵੀ ਮੈਨੂੰ ਅੱਜ ਕੱਲ੍ਹ ਦੇ ਜ਼ਮਾਨੇ 'ਤੇ ਅਫਸੋਸ ਹੈ ਕਿ ਅੱਜ ਕੱਲ੍ਹ ਦਾ ਜ਼ਮਾਨਾ ਇੱਕ ਨੈਗੇਟਿਵ ਛੋਟੀ ਅਤੇ ਇਸ ਤਰ੍ਹਾਂ ਦੀ ਇਹੋ ਜਿਹੀ ਗੱਲ ਸੋਚਦਾ ਉਹਨਾਂ ਦਾ
ਮੇਰਾ ਇੰਟਰਸਟ ਅਤੇ ਮਿਸ਼ਨ ਇੱਕੋ ਇੱਕ ਇਹ ਹੈਗਾ ਕਿ ਮੈਂ ਕਾਂਗਰਸ ਪਾਰਟੀ ਨੂੰ ਹਰ ਲੈਵਲ 'ਤੇ ਜਿਤਾਉਣਾ, ਮੇਰਾ ਕੀ ਕਰਨਾ ਕੀ ਨਹੀਂ ਕਰਨਾ, ਦੈਟ ਇਜ਼ ਦੀਜ਼ ਆਰ ਦਾ ਸੈਕੰਡਰੀ ਥਿੰਗਸ, ਇਹਨਾਂ ਵਾਸਤੇ ਕੁਛ ਨਹੀਂ, ਮੈਨੂੰ ਕੀ ਫਾਇਦਾ ਹੋਣਾ, ਮੈਨੂੰ ਫਾਇਦਾ ਹੋਣਾ ਜੇ ਮੇਰੀ ਪਾਰਟੀ ਜਿੱਤਦੀ ਹੈ, ਮੇਰਾ ਪ੍ਰੈਸਟੇਜ ਦਾ ਕੁਐਸਚਨ ਹੈ ਕਿ ਮੈਂ ਸਰੂਰ ਜੀ ਸੀਟ ਜਿਤਾਵਾਂ, ਅਤੇ ਜੇ ਮੈਨੂੰ ਇਹੋ ਜਿਹੇ ਨਿੱਕੇ ਇੰਟਰਸਟਾਂ ਦੀ ਗੱਲ ਹੋਵੇ, ਅੱਜ ਕੱਲ੍ਹ ਮੈਨੂੰ ਅੱਜ ਤੱਕ ਇੰਨੀ 40-50 ਸਾਲ ਦੀ ਸਰਵਿਸ ਦੇ ਵਿੱਚ ਜਦੋਂ ਆਪਣਾ ਮੋਰਾਰਜੀ ਡਿਸਾਈ ਹੁੰਦਾ ਸੀ, ਮੈਨੂੰ ਉਸ ਵੇਲੇ ਐਡੀਆਂ ਔਫਰਾਂ ਆਈਆਂ ਸੀਗੀਆਂ, ਜਿਹੜੇ ਆਪਾਂ ਫਾਇਦੇ ਦੀ ਗੱਲ ਕਰਦੇ ਜਿਵੇਂ ਫਾਇਦੇ ਲੈਣੇ ਹੁੰਦੇ, ਉਦੋਂ ਐਡੀਆਂ ਔਫਰਾਂ ਆਈਆਂ ਸੀਗੀਆਂ ਕਿ ਤੁਸੀਂ ਕਾਂਗਰਸ 'ਚ ਇੰਦਰਾ ਗਾਂਧੀ ਨੂੰ ਛੱਡ ਦਿਓ, ਤੁਹਾਨੂੰ ਅੱਜ ਸਟੇਟ ਦਾ ਹੈੱਡ ਡਿਕਲੇਅਰ ਕਰਦੇ ਹਾਂ। ਬਿਲਗਾ ਜੀ ਮੇਰੇ ਕੋਲ ਮੈਸੇਜ ਸਪੈਸ਼ਲ ਲੈ ਕੇ ਆਏ ਸੀ ਉਸ ਵਕਤ, ਮੈਂ ਉਹ ਡਿਨਾਈ ਕੀਤਾ ਅਤੇ ਜਵਾਬ ਦਿੱਤਾ, ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਇੰਦਰਾ ਜੀ ਵਾਸਤੇ ਜੇ ਜੇਲ੍ਹ ਜਾਣਾ ਪਊ ਉਹ ਵੀ ਜਾਣਾ ਮਨਜ਼ੂਰ ਆ, ਤੁਹਾਡੀ ਮੈਨੂੰ ਹੈੱਡ ਚੀਫ ਮਿਨਿਸਟਰ ਬਣਨਾ ਮਨਜ਼ੂਰ ਨਹੀਂ। ਉਹ ਲੋਕਾਂ ਨੂੰ ਜੇ ਆਪਾਂ ਸੋਚੀਏ ਕਿ ਇੱਥੇ ਫਾਇਦਾ ਇੱਥੇ ਫਾਇਦਾ ਫਾਇਦਾ ਹੁੰਦਾ, ਮੈਂ ਚੀਫ ਮਿਨਿਸਟਰੀ ਵੇਲੇ ਸੋਨੇ ਦੀਆਂ ਕੰਧਾਂ ਕੱਟ ਲੈਂਦੀ ਜੀ, ਮੈਂ ਫਾਇਦੇ ਸੋਚਣ ਵਾਲੀ ਹੁੰਦੀ। ਸਾਡਾ ਖੂਨ, ਮੈਂ ਫਿਰ ਵਾਰ ਵਾਰ ਇਹ ਕਹਿੰਦੀ ਹਾਂ, ਕਿਉਂਕਿ ਤੁਸੀਂ ਤੁਹਾਡਾ ਵੀ ਸਾਰਿਆਂ ਦਾ ਇਹ 'ਚ ਨਹੀਂ ਹੈ, ਮੈਂ ਕਹਿੰਦੀ ਦੋਸ਼, ਕਿਉਂਕਿ ਜ਼ਮਾਨਾ ਅੱਜ ਕੱਲ੍ਹ ਇਹ 'ਚ ਆ ਗਿਆ, ਜ਼ਮਾਨਾ ਅਪਰਚੁਨਿਜ਼ਮ ਦਾ ਆ ਗਿਆ, ਆਪਣੇ ਨਿੱਜੀ ਫਾਇਦਿਆਂ ਦਾ ਆ ਗਿਆ, ਨਿੱਜੀ ਸੋਚ ਦਾ ਆ ਗਿਆ। ਲੇਕਿਨ ਅਜੇ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ, ਕੁਛ ਸ਼ਖਸੀਅਤਾਂ, ਕੁਛ ਪਰਿਵਾਰ, ਕੁਛ ਸਾਰੇ ਜਿਉਂਦੇ ਆ ਹਿੰਦੁਸਤਾਨ ਵਿੱਚ, ਜਿਨ੍ਹਾਂ ਨੇ ਆਪਣਾ ਨਹੀਂ, ਉਹ ਕਹਿੰਦੇ ਮੈਂ ਦੇਸ਼ ਅਤੇ ਪਾਰਟੀ ਨੂੰ ਕੀ ਦੇ ਸਕਦਾ, ਮੇਰੀ ਉਸ ਵਿੱਚ ਖੁਸ਼ੀ ਹੈਗੀ ਹੈ, ਮੈਂ ਉਹਨਾਂ ਪਰਿਵਾਰਾਂ ਵਿੱਚੋਂ ਇੱਕ ਹੈਗੀ ਹਾਂ। ਇਲੈਕਸ਼ਨ ਤਾਂ ਲੜ ਸਕਦੇ ਹੋ ਜੇ ਕਦੇ ਵੀ ਪਾਰਟੀ ਮੌਕਾ ਦਊਗੀ, ਹੁਣ ਭਾਵੇਂ ਮੈਂ ਕਹਿੰਦੀ ਹਾਂ ਪਾਰਟੀ ਜਿਸ ਥਾਂ 'ਤੇ ਵੀ ਚਾਹੂਗੀ, ਜਿਵੇਂ ਮੈਂ ਹੁਣ ਵੀ ਕਿਹਾ ਸੀਗਾ, ਜਿਸ ਥਾਂ 'ਤੇ ਵੀ, ਜਦੋਂ ਸਾਡੀ ਪੰਜਾਬ ਦੇ ਵਿੱਚ ਅਕਾਲੀ ਦਲ ਆਇਆ 2007 ਤੋਂ ਬਾਅਦ, ਡਿਫੀਕਲਟ ਟਾਈਮ ਸੀ ਉਸ ਵਕਤ, ਮੈਨੂੰ ਹਾਈਕਮਾਂਡ ਨੇ ਕਿਹਾ ਕਿ ਤੁਸੀਂ, ਮੈਂ ਉਸ ਵਕਤ ਔਖ ਦੇ ਸਮੇਂ ਵਿੱਚ ਆਪਣੇ ਗਲ 'ਚ ਪੰਜਾਲੀ ਪਾਉਣ ਲਈ, ਜਦੋਂ ਸਾਰੇ ਤੁਹਾਡੇ ਕਤਰਾ ਰਹੇ ਸੀ, ਮੈਂ ਮੂਹਰੇ ਆਈ ਸੀ, ਜਦੋਂ ਸਰਦਾਰ ਬੇਅੰਤ ਸਿੰਘ ਅਤੇ ਹਰਚਰਨ ਸਿੰਘ ਬਰਾੜ ਤੋਂ ਬਾਅਦ ਸਾਰਾ ਪੰਜਾਬ ਦੇ ਲੋਕ ਕਾਂਗਰਸ ਛੱਡ ਕੇ, ਸਾਡੇ ਕਾਂਗਰਸ ਹੀ ਕਾਂਗਰਸ ਛੱਡ ਕੇ ਬਾਹਰ ਚਲੇ ਗਏ ਸੀ, ਭੱਜ ਗਏ ਸੀ, 3-4 ਮਹੀਨੇ ਰਹਿ ਗਏ ਸੀ ਇਲੈਕਸ਼ਨ ਦੇ ਵਿੱਚ, ਉਦੋਂ ਵੀ ਸਭ ਸਮਝਦੇ ਸੀਗੇ ਕਿ ਅਸੀਂ ਨਾ ਮੂਹਰੇ ਜ਼ਿੰਮੇਵਾਰੀ ਲਈਏ, ਅਤੇ ਉਸ ਅੱਤਵਾਦ ਦਾ ਮੂਹਰੇ ਜਾਨ ਲੁਕਾਉਂਦੇ ਸੀ ਅਤੇ ਸਲਾਤ ਲੁਕਾਉਂਦੇ ਸੀ। ਰਜਿੰਦਰ ਕੌਰ ਭੱਠਲ ਨੇ ਉਦੋਂ ਵੀ ਆਪਣੇ 'ਤੇ ਕੰਨੇ 'ਤੇ ਜਿਹੜੀ ਹੈਗੀ ਪੰਜਾਲੀ ਰਖਾਈ ਸੀ। ਮੈਂ ਜਦੋਂ ਮੇਰੀ ਪਾਰਟੀ ਨੂੰ, ਜਦੋਂ ਮੇਰੇ ਲੀਡਰ ਨੂੰ, ਜਿਸ ਥਾਂ 'ਤੇ ਰਜਿੰਦਰ ਕੌਰ ਭੱਠਲ ਦੇ ਜਿਵੇਂ ਕਹਿੰਦੇ ਆਖਰੀ ਕਤਰੇ ਦੀ ਜ਼ਰੂਰਤ ਪਵੇ, ਜਾਂ ਕਿਸੇ ਵੀ ਥਾਂ 'ਤੇ ਮੇਰੇ ਵਜੂਦ ਦੀ ਕਿਸੇ ਅਤੇ ਸੋਚ ਦੀ ਵਜੂਦ ਪਵੇ, ਮੈਨੂੰ ਵੱਡਿਆਂ ਤੋਂ ਵੱਡੇ ਰਾਜ ਸੰਘਰਸ਼ਾਂ, ਵੱਡਿਆਂ ਵੱਡੇ ਗੱਲਾਂ ਦੇ ਵਾਸਤੇ ਉਹ ਮੇਰੇ ਲਈ ਸਭ ਤੋਂ ਬਿਹਤਰ ਹੋਊ, ਚਾਹੇ ਉਹ ਇਲੈਕਸ਼ਨ ਲੜਨ ਦੀ ਕਹਿਣ, ਚਾਹੇ ਉਹ ਕਿਸੇ ਹੋਰ ਥਾਂ 'ਤੇ ਕਹਿਣ, ਚਾਹੇ ਉਹ ਜੇਲ੍ਹ ਜਾਣ ਲਈ ਕਹਿਣ, ਚਾਹੇ ਅੰਦੋਲਨ ਛੇੜਨ ਲਈ ਕਹਿਣ, ਚਾਹੇ ਕਿਸੇ ਮਦਦ ਕਰਨ ਲਈ ਕਹਿਣ, ਮੇਰਾ ਸਰੂਰ ਅਤੇ ਮੇਰਾ ਗਰੂਰ ਉਸ ਵਿੱਚ ਹੈਗਾ। ਸਾਰੇ ਪੰਜਾਬ 'ਚ ਇਲੈਕਸ਼ਨ ਕੈਂਪੇਨ ਕਰੂੰਗੇ ਕਿ ਇਕੱਲਾ ਜ਼ਿਆਦਾ ਫੋਕਸ ਸੰਗਰੂਰ 'ਤੇ ਕਰ? ਫਸਟ ਪ੍ਰਿਓਰਟੀ ਮੇਰੀ ਆਪਣਾ ਜ਼ਿਲ੍ਹਾ ਹੈ, ਇੱਥੇ ਦੇ ਵਿੱਚ ਮੈਂ ਕਿਸੇ ਥਾਂ 'ਤੇ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਜੇ ਮੈਂ ਸਮਝਦੀ ਹਾਂ ਕਿ ਇਹ ਸੀਟ ਇਹ ਨਹੀਂ ਕਿ ਕੇਵਲ ਸੀਟ ਮੇਰੀ ਸੀਟ ਹੈ, ਮੈਂ ਇਸ ਥਾਂ 'ਤੇ ਲੱਗੀ ਹਾਂ, ਇਹਦੇ ਸਾਰੇ ਜਿੰਨੀਆਂ 9 ਕੰਸਟੀਚੁਐਂਸੀਆਂ ਪੈਂਦੀਆਂ ਇੱਥੇ ਵੀ ਕਰੂੰਗੀ। ਇਸ ਤੋਂ ਇਲਾਵਾ ਵੀ ਜਿਵੇਂ ਹੁਣ ਸਾਡੇ ਕਈ ਥਾਵਾਂ 'ਤੇ ਤਰਨ ਤਾਰਨ ਤੋਂ ਵੀ ਸਾਡੇ ਬੰਦਿਆਂ ਦੇ ਟੈਲੀਫੋਨ ਆਉਂਦੇ ਆ, ਇੱਧਰੋਂ ਫਰੀਦਕੋਟ ਤੋਂ ਵੀ ਆਉਂਦੇ ਆ, ਡਿਫਰੈਂਟ ਥਾਵਾਂ 'ਤੇ ਜਲੰਧਰ ਲੁਧਿਆਣੇ ਤੋਂ ਆਉਂਦੇ ਆ। ਇੱਥੋਂ ਦੇਖ ਕੇ ਫਸਟ ਪ੍ਰਿਓਰਟੀ ਇਜ਼ ਦਾ ਸੰਗਰੂਰ ਪਾਰਲੀਮੈਂਟਰੀ ਸੀਟ, ਇਸ ਤੋਂ ਇਲਾਵਾ ਕਿਤੇ ਹੋਰ ਜਾ ਸਕਦੀ ਹੋ ਜ਼ਰੂਰ ਜਾਊਂਗੀ। ਧੰਨਵਾਦ ਸਰ ਨਾਲ ਗੱਲਬਾਤ ਕਰਨ ਲਈ। ਇਹਦੇ ਭੱਠਲ ਜਿਹੜੇ ਕਹਿ ਰਹੇ ਨੇ ਕਿ ਇਸ ਵਾਰ ਮੈਂ ਜਿਹੜਾ ਮਿਸ਼ਨ 13 ਦੇ ਉੱਤੇ ਕੰਮ ਕਰਨਾ ਕਿ ਸਾਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਕਾਂਗਰਸ ਦੇ ਖਾਤੇ ਵਿੱਚ ਆਉਣ, ਅਤੇ ਇਹਦੇ ਲਈ ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਗਾਊਗੀ ਮੈਂ ਉੱਥੇ ਹਾਜ਼ਰ ਹੋਊਂਗੀ। ਅਤੇ ਨਾਲ ਹੀ ਕਹਿ ਰਹੇ ਨੇ ਕਿ ਜਿਹੜੇ ਰੁੱਸੇ ਹੋਏ ਨੇ ਕਾਂਗਰਸੀ ਆਗੂ, ਉਹਨਾਂ ਦੀ ਉਹਨਾਂ ਨੂੰ ਮਨਾਉਣ ਦੀ ਵੀ ਜੱਦੋਜਹਿਦ ਜਾਰੀ ਹੈ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਸਪਨ ਦਈਆ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ, ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ, ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।